ਦੋਸਤੋ ਤੁਸੀਂ ਦੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਉਰਦੂ 'ਚ ਗੱਲ ਕਰਾਂ ਕਿ ਮੇਰੇ ਬੜੇ ਦੋਸਤ ਕਹਿੰਦੇ ਨੇ ਯਾਰ ਤੂੰ ਪੰਜਾਬੀ ਬੜੀ ਬੋਲਦਾ ਤੇ ਉਰਦੂ 'ਚ ਕਦੇ ਗੱਲ ਦੱਸ ਸਾਨੂੰ ਸਮਝਾ। ਤੇ ਮੇਰਾ ਦਿਲ ਕਰਦਾ ਕਦੇ ਕਦੇ ਕਿ ਮੈਂ ਉਰਦੂ 'ਚ ਕਰਾਂ ਤੇ ਮੈਨੂੰ ਗੱਲ ਦੱਸਦੀ ਹੈ ਕਿ ਕਮੈਂਟ ਸੈਕਸ਼ਨ ਜਿੰਨੇ ਜ਼ਿਆਦਾ ਕਮੈਂਟਸ ਹੋਣਗੇ ਮੈਨੂੰ ਪਤਾ ਲੱਗ ਜਾਏਗਾ ਕਿ ਅਗਰ ਉਰਦੂ ਚਾਹਣ ਵਾਲੇ ਜ਼ਿਆਦਾ ਬੰਦੇ ਨੇ ਜਾਂ ਪੰਜਾਬੀ ਚਾਹਣ ਵਾਲੇ ਜ਼ਿਆਦਾ ਨੇ। ਤੇ ਪਲੀਜ਼ ਸਾਰੇ ਦੋਸਤ ਕਮੈਂਟਸ ਕਰਕੇ ਦੱਸਿਆ ਜਾਏ ਕਿ ਮੈਂ ਉਰਦੂ ਬੋਲਾਂ ਜਾਂ ਪੰਜਾਬੀ ਬੋਲਾਂ। ਅੱਜ ਦੀ ਵੀਡੀਓ ਪੰਜਾਬੀ 'ਚ ਹੈ। ਇਸ ਵੀਡੀਓ ਤੋਂ ਬਾਅਦ ਤੁਸੀਂ ਦੱਸਣਾ ਕਿ ਮੈਂ ਉਰਦੂ ਬੋਲਣੀ ਜਾਂ ਪੰਜਾਬੀ ਬੋਲਣੀ। ਤੇ ਜਨਾਬ ਬਿਲ ਤਖੀਰ ਵੀਡੀਓ ਦਾ ਆਗਾਜ਼ ਹੈ ਤੁਹਾਡੇ ਵਾਸਤੇ। ਇੱਕ ਪਹਿਲਣ ਛੋਟੀ ਥੋੜੇ ਜਿਹੇ ਮੁੱਲ ਵਾਲੀ ਚੰਗੀ ਨਸਲੀ ਜ਼ਾਤ ਸੋਹਣੀ ਹਰ ਪਾਸੋਂ ਸਿੰਘ ਖੁੰਡਾ ਅੱਖਾਂ ਵੀ ਕਾਲੀਆਂ ਔਰ ਸਾਰਾ ਨਿਜ਼ਾਮ ਜਿਵੇਂ ਆਉਂਦੇ ਜੇ ਕਾਲੀਆਂ ਅੱਖਾਂ ਵਾਲੀ ਹੋਵੇ ਖੁੰਡਾ ਸੁੰਘਾ ਖੁੰਡਾ ਖੁੰਡਾ ਸਿੰਘ ਹੋਵੇ ਔਰ ਇਹ ਸਾਰਾ ਕੁਛ ਕੱਲ ਸੂਈਏ ਮੇਰਾ ਖਿਆਲ ਹੈ। ਹਮੇਸ਼ਾ ਜਿਹੜੇ ਜਾਨਵਰ ਮੈਨੂੰ ਲੱਭ ਰਹੇ ਨੇ ਸੁਬਹਾ ਪੈਂਦਾ ਜਾਂਦਾ ਹੈ ਰੇਟ ਵੀ ਘੱਟਦੇ ਜਾਂਦੇ ਨੇ ਮੱਝੀ ਦੇ ਔਰ ਬੜੇ ਮਾਕੂਲ ਰੇਟ ਔਰ ਸੋਹਣੇ ਚੰਗੇ ਸੁਥਰੇ ਔਰ ਨਾਲ ਨਾਲ ਜਿਹੜਾ ਹੈ ਵੇ ਨਿਜ਼ਾਮ ਵੀ ਚੱਲਦਾ ਜਾਂਦਾ ਨਹੀਂ ਤਾਂ ਮੱਝ ਆਈ ਤੋਂ ਡੇਢ ਮਹੀਨੇ ਪਹਿਲਾਂ ਤਿੰਨ ਤਿੰਨ ਹੀ ਜੋਟੀ ਹੁੰਦੀ 2.5 ਲੱਖ ਤੋਂ ਗਲੇ ਮੁੱਲ ਨਹੀਂ ਮਕਸਦ ਮੁੱਲ ਨਹੀਂ ਕਰਨਾ ਲੇਕਿਨ ਇਹ ਹੈ ਕਿ ਜੋਟੀ ਵੀ ਚੰਗੀ ਔਰ ਮੁੱਲ ਵੀ ਸਹੀ ਹੈ ਤੇ ਬਾਕੀ ਅੱਲਾਹ ਤਾਲਾ ਦੇ ਰਸੂਲ ਦੇ ਵਾਲੇ ਜਿਹੜਾ ਵੀ ਹੈ ਮੁਹੱਬਤ ਪਿਆਰ ਥੋੜਾ ਬਹੁਤ ਕਰਵਾ ਲਾਂਗੇ। ਸਭ ਤੋਂ ਪਹਿਲਾਂ ਜਨਾਬ ਮੇਰਾ ਕੈਮਰਾਮੈਨ ਤੁਹਾਨੂੰ ਮੱਝ ਦਿਖਾਉਂਦਾ ਪੂਰੀ ਅੱਖਾਂ ਬਿਲਕੁਲ ਸਿਆਹ ਕਾਲੀਆਂ ਨੇ ਬਿਲਕੁਲ ਖੁੰਡੇ ਸਿੰਘ ਨੇ ਤੁਸੀਂ ਵੇਖਦੇ ਪਏ ਜੋ ਬਾਹਰ ਦੀ ਝੋਟੀ ਹੈ ਘਰ ਦੀ ਖੜੀ ਕੰਨ ਬਿਲਕੁਲ ਢਿਲਕੇ ਹੋਏ ਤੁਸੀਂ ਵੇਖ ਰਹੇ ਹੋ ਧੁਨੀ ਕੌਲੀ ਵਾਲਾ ਕੰਮ ਕੋਈ ਵੀ ਨਹੀਂ ਅਵਲ ਪਈ ਹੋਈ ਹੈ ਜਿਹਨੂੰ ਬਾਲਾ ਆਪਾਂ ਕਹਿੰਦੇ ਹਾਂ ਥਣ ਚੱਡਾ ਬੜਾ ਸੋਹਣਾ ਹੈ ਲੇਕਿਨ ਬਲ ਪਈ ਹੋਈ ਹੈ ਆਹ ਵੇਖੋ ਅਜੇ ਤੱਕ ਨਾੜਵਾ ਹੋ ਗਿਆ ਵੀ ਉਹਨੇ ਨਹੀਂ ਸਟਿਆ ਇਹ ਸਹੀ ਤਰੀਕੇ ਨਾਲ ਜੇ ਸਾਫ ਨਹੀਂ ਹੋਈ ਮੈਂ ਨਿਸ਼ਾਨਦੇਹੀ ਕਰ ਦਿੰਦਾ ਜੋ ਹਲਾਲ ਜਾਨਵਰ ਆ ਬਲ ਦੀ ਵਜ੍ਹਾ ਤੋਂ ਥਾਣਾ ਮਸਲਾ ਜਦੋਂ ਇਹ ਬਲ ਤੇ ਜਾਨਵਰ ਜਿਹੜਾ ਹੈ ਕਲੀਅਰ ਹੋਵੇਗੀ ਸਾਫ਼ ਹੋਵੇਗੀ ਜੋਟੀ ਇਨਸ਼ਾਲਾ ਇਹ ਹਰ ਚੀਜ਼ ਬੜੀ ਸੋਹਣੀ ਔਰ ਸੁਥਰੀ ਕਰ ਜਾਏਗੀ। ਮੇਰਾ ਕੈਮਰਾਮੈਨ ਤੁਹਾਨੂੰ ਹਰ ਸ਼ਾਇਦ ਦਿਖਾ ਰਿਹਾ ਮੂੰਹ ਦੀ ਕਿਵੇਂ ਇਹ ਮਾਲਕ ਨੂੰ ਪੁੱਛਾਂਗੇ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਇਸ ਜੋਟੀ ਦਾ ਪਹਿਲਾਂ ਹੈ ਜੀ ਤੇ ਸਾਨੂੰ ਡਰਦੀ ਹੈ ਕਿ ਪਤਾ ਡਾਕਟਰ ਟੀਕੇ ਲਾਉਣ ਆ ਗਏ ਨੇ ਹਫਾਜ਼ਤੀ ਇਹ ਬੱਚਾ ਹੈ ਜੀ ਪਿੱਛੇ ਇਹ ਸੂਈ ਹੋਈ ਹੈ ਤਕਰੀਬ ਕੱਲ ਦੀ ਇਹ ਬੱਚੇ ਤੇ ਗੋਡੇ ਨਾਲ ਰੱਸਾ ਬੰਨੇ ਕਿ ਜਨਾਬ ਅਜੇ ਰੱਸਾ ਪਾਉਣ ਦੇ ਕਾਬਲ ਨਹੀਂ ਕੱਟਾ ਦਿੱਤਾ ਇਹਨੇ ਸੋਹਣਾ ਜਿਹਾ ਬਿੱਲੀਆਂ ਅੱਖਾਂ ਦਾ ਔਰ ਬੜਾ ਖੂਬਸੂਰਤ ਕੱਟਾ ਸ਼ਾਹ ਕਾਲਾ ਤੁਸੀਂ ਦੇਖਦੇ ਪਏ ਹੋ ਬੜਾ ਖੂਬਸੂਰਤ ਹੈ ਇਹ ਜਨਾਬ ਚਾਚਾ ਨਾਲ ਕਰਨੇ ਗੱਲਾਂ ਮਿੱਠੀਆਂ ਮਿੱਠੀਆਂ ਇਹ ਕਦੋਂ ਸੂਈ ਹੈ ਕੀ ਹਿਸਾਬ ਕਿਤਾਬ ਹੈ ਤੇ ਨਾਲੇ ਉਹਨੂੰ ਪੁੱਛ ਲੈਂਦੇ ਛਾਂ ਤੇ ਆ ਕੇ ਤੇ ਇਹ ਚਾਚਾ ਆ ਖਤਰਾ ਇੱਥੇ ਮੇਰੇ ਕੋਲ ਇੱਥੇ ਆ ਜਾ ਸੁੱਤਾ ਉਠਾ ਲਿਆ ਤੈਨੂੰ ਮੈਂ ਦੁਪਹਿਰ 3 ਵਜੇ ਆਇਆ ਜੀ ਤੇ 24 ਵਜੇ ਜਿੰਨੇ ਵਜੇ ਵੀ ਕੀਤੀ ਇਹਨੂੰ ਪਤਾ ਹੋਵੇਗਾ ਤੇ ਦੁਪਹਿਰ ਦੇ ਵਜੇ ਡੇਢ ਜਾਂ ਦੋ ਵਜੇ ਨਾ ਟਾਈਮ ਦੇਖ ਦੱਸੀ ਡੇਢ ਵਜੇ ਮੈਂ ਡੇਢ ਵਜੇ ਦੁਪਹਿਰ ਜਗ ਆਇਆ ਉਹਨਾਂ ਦੀ ਮਿਹਰਬਾਨੀ ਜਾਗ ਪਰ ਸਾਰੇ ਸੋਟਾਂ ਨਹੀਂ ਮਾਰਿਆ ਕਿ ਨਦੀਮ ਭਾਈ ਤੁਸੀਂ ਦੇਰ ਨੇ ਵੀ ਤੁਹਾਨੂੰ ਟਿਕਾ ਨਹੀਂ ਕਰੀਏ ਕਿ ਬਿਜ਼ੀ ਹੁੰਦੇ ਆ ਫਿਰ ਉਹਦੀ ਕਾਲ ਵੀ ਆਈ ਸੀ ਤੇ ਮਿਹਰਬਾਨੀ ਕੀਤੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਚਾਚਾ ਜੀ ਕੀ ਨਾਮ ਹੈ? ਨਾਮ ਮੇਰਾ ਜੀ ਅੱਲਾ ਦਿੱਤਾ। ਅੱਲਾ ਦਿੱਤਾ ਅੱਲਾ ਦਿੱਤਾ ਬੜੇ ਅੱਲਾ ਦਿੱਤੇ ਹੋ ਗਏ ਯਾਰ ਮੇਰੀ ਵੀਡੀਓਜ਼ ਵਿੱਚ। ਅੱਛਾ ਅੱਲਾ ਤੇ ਇਹ ਦੱਸ ਕਿ ਇਹ ਜਿਹੜੀ ਛੋਟੀ ਹੈ ਇਹ ਕਦੋਂ ਸੁਆਈ ਤੇ ਕੀ ਹਿਸਾਬ ਕਿਤਾਬ ਹੈ? ਇਹ ਕੱਲ ਸੂਈ ਹੈ ਜੀ ਸਾਡੇ ਕੋਲ ਤਕਰੀਬਨ 11:15 ਦੇ ਕਰੀਬ। ਅੱਛਾ ਤੇ ਇਹਦਾ ਬੌਲਾ ਅਸੀਂ ਕੱਢ ਲਿਆ ਸੀ ਕੋਈ 1:30 ਵਜੇ ਐਸੇ ਟਾਈਮ ਤੇ। ਕਿੰਨਾ ਬੌਲਾ ਸੀ? ਬੌਲਾ ਤੇ ਹਿੱਸੋਇਆ ਸੀ ਪਹਿਲਾ ਬੌਲਾ। ਪਹਿਲਾ ਬੌਲਾ ਸੀ ਇਹਨੂੰ ਸਮਝ ਲਾ ਬੱਚੇ ਨੇ ਕੋਈ ਚੁੰਗਿਆ ਸੀ ਗਰਮੀ ਸੋਣੇ ਖੜਾ ਹੀ ਨਹੀਂ ਹੁੰਦਾ ਸੀ। ਹਾਂ ਤੇ ਕੋਈ ਥੋੜਾ ਬਹੁਤ ਚੁੰਗਿਆ ਸੀ ਚੁੰਗਾਇਆ ਵੀ ਥੋੜਾ ਸੀ ਗਰਮੀ ਬਹੁਤ ਗਰਮੀ ਜ਼ਿਆਦਾ ਸੀ ਤੇ ਅਸੀਂ 8-9 ਕਿਲੋ ਦੇ ਕਰੀਬ 10 ਹੋਵੇਗਾ ਝੂਠ ਅਸੀਂ ਅੱਲਾ ਦੀ ਜ਼ਾਤ ਕੋ ਕਿਉਂ ਮਾਰੀਏ ਇੰਨਾ ਅਸੀਂ ਕੱਢਿਆ ਪਹਿਲਾਂ ਜੋਤੀ ਸੀ ਤੇ ਮਾੜਾ ਮੋਟਾ ਪੈਰ ਵੀ ਚੱਕਦੀ ਸੌਲ ਜਿਵੇਂ ਕਰਦੀ ਔਲ ਕਰਦੀ ਆ ਤੇ ਫਿਰ ਕਦਾ ਅੱਜ ਸਵੇਰ ਅਸੀਂ ਦੂਸਰੀ ਚਵਾਈ ਕੀਤੀ ਹੁਣ ਤਾਂ ਕੋਈ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਬਿਲਕੁਲ ਕੋਈ ਇਸ਼ੂ ਨਹੀਂ ਸਾਫ ਸੁਥਰੀ ਹੈ ਕੋਈ ਬਿਲਕੁਲ ਥਣਾਂ ਦੀ ਚਵਾਈ ਬੜੀ ਪੋਲੀ ਧਾਰ ਸੋਹਣੀ ਮੋਟੀ ਤੇ ਹੁਣ ਅਸੀਂ ਸ਼ਾਮੀ ਅੱਜ ਤੀਸਰੀ ਚਵਾਈ ਕਰਾਂਗੇ ਸਵੇਰ ਅਸੀਂ ਕੁਛ ਚੋਇਆ 3-4 ਸਿਰ ਦੇ ਕਰੀਬ 4 ਸਿਰ ਕੁਛ ਚੋਇਆ ਇਹ ਯਾਨੀ 8-10 ਤੋਂ 12 ਕਿਲੋ ਦੇ ਕਰੀਬ ਪਹਿਲਾਂ ਨੇ ਕਰ ਜਾਂਦੀ ਇੰਨਾ ਹੀ ਕਰਦੇ ਜ਼ਿੰਮੇਦਾਰ ਬੰਦੇ ਆ 10-12 ਕਿਲੋ ਜਿਹੜੀ ਪਹਿਲਾਂ ਮੈਂ ਦੇ ਦਿੰਦੀ ਬੜਾ ਦੁੱਧ ਹੁੰਦਾ ਬੜਾ ਦੁੱਧ ਹੁੰਦਾ ਇਹ ਝੂਠ ਲੋਕ ਮਾਰਦੇ ਨੇ ਜੀ 15 ਗੜਵੀਆਂ 16 ਗੜਵੀਆਂ ਉਹ ਤਾਂ ਨਹੀਂ ਪੱਠਾ ਨੀਰਾ ਪਾ ਤੇ ਕੋਈ 2 ਸਰਵੰਡਾ ਪਾ ਤੇ 10-12 ਕਿਲੋ ਪਹਿਲਾਂ ਦੇਵੇ ਤਾਂ ਅਸੀਂ ਉਹਨੂੰ ਬੜੀ ਅੱਛੀ ਗਿਣਨੇ ਬੜੀ ਅੱਛੀ ਨਸਲ ਫਿਰ ਨਸਲ ਚੰਗੀ ਹੈ ਜ਼ਾਤ ਚੰਗੀ ਹੈ ਕਾਲੀ ਸਾਡਾਂ ਦੀ ਜੋਟੀ ਹੈ ਸਿਰ ਬੜਾ ਨਿੱਕਾ ਨਿੱਕਾ ਹੈ ਖੂਬਸੂਰਤ ਤੇ ਬਰੀਕ ਜੋਟੀ ਹੈ ਬਰੀਕਾਂ ਸ਼ਾਮਲ ਹੈ ਬਿਲਕੁਲ ਕਿਉਂਕਿ ਬਰੀਕਾਂ ਜਿਹੜੀਆਂ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਨਹੀਂ ਹੁੰਦੀਆਂ ਨੇ ਦੁੱਧ ਵੀ ਜ਼ਿਆਦਾ ਦੇਣਗੇ ਨਸਲ ਉਹਨਾਂ ਦੀ ਅੱਛੀ ਹੈ। ਅੱਛਾ ਹੁਣ ਸਾਰੀਆਂ ਗੱਲਾਂ ਦੱਸ ਦਿੱਤੀਆਂ ਇੱਕੇ ਸਾਹ ਦੇ ਵਿੱਚ ਇਹ ਦੱਸੋ ਕਿ ਹੁਣ ਪਿਆਰ ਮੁਹੱਬਤ ਵਾਲਾ ਮੁੱਲ ਕੀ ਇਹਦਾ ਜਿੱਥੇ ਆਪਾਂ ਵੇਚਣੀ ਪਿਆਰ ਮੁਹੱਬਤ ਮੁੱਲ ਤਾਂ ਸੀ ਇਹਦਾ ਜੀ ਅਗਲੀ ਰੂਟੀਨ ਤਾਂ ਹੁੰਦੀ ਤਾਂ ਅਸੀਂ ਇਹਦਾ ਕਰੀਆ 2.5 ਲੱਖ ਸਹੀ ਹੁਣ ਥੋੜਾ ਜਿਹਾ ਸੂਆ ਪੈ ਗਿਆ ਮੱਝੀ ਡਾਊਨ ਨੇ ਹੁਣ ਅਸੀਂ ਮੁੱਲ ਦਾ 1,90,000 ਕਰਦੇ ਕੋਈ ਮੁਹੱਬਤ ਪਿਆਰ ਸਾਡੇ ਆਏ ਮੱਝੀ ਦਾੜੀ ਦੀ ਸ਼ਰਮ ਮੁਹੱਬਤ ਪਿਆਰ ਦੋਦੇ ਆਏ ਦੀ ਕੋਈ ਹੋ ਜਾਏਗੀ ਕਿਉਂਕਿ ਮੁਹੱਬਤ ਪਿਆਰ ਤੋਂ ਬਿਨਾ ਅਖਲੂਸ ਤੋਂ ਬਿਨਾ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਅੱਛਾ ਅੱਲਾ ਤੇਰਾ ਸਤਾਰਾ ਹੀ ਐਸਾ ਤੂੰ ਬਲੇ ਦੇ ਮੱਥੇ ਲੱਗਣਾ 5-10,000 ਰੁਪਇਆ ਛੜਵਾ ਲੈਂਦੇ ਅੱਛਾ ਜੀ ਮੈਨੂੰ ਵੀ ਨਹੀਂ ਬਚਿਆ ਤੁਸੀਂ ਅੱਜ ਮੈਂ ਸਾਰਿਆਂ ਨੂੰ ਨਹੀਂ ਬਚਿਆ ਤੁਸੀਂ ਮੈਨੂੰ ਨਹੀਂ ਛੜਾ ਤੁਹਾਡੀ ਬੜੀ ਮੁਹੱਬਤ ਆ 1,90,000 ਰੁਪਏ ਮੇਰੇ ਚਾਚੇ ਨੇ ਮੁੱਲ ਕੀਤਾ ਜੀ ਮੁਹੱਬਤ ਪਿਆਰ ਆਪਾਂ ਜ਼ਰੂਰ